ਸਸਿਕਲ ਦੋਸਤੋ ਮੇਰਾ ਨਾਮ ਬਲੀ ਸਿੰਘ ਅੱਜ ਆਪਾਂ ਅਪਕਟਨ ਕਿਰਿਆ ਬਾਰੇ ਪੜਾਂਗੇ ਆਪਾਂ ਸਾਇੰਸ ਦਾ ਫਰਸਟ ਚੈਪਟਰ ਕਰਦੇ ਪਏ ਆ ਠੀਕ ਹੈ ਉਹਦੇ ਵਿੱਚ ਆਪਾਂ ਦੂਜਾ ਟੋਪਿਕ ਸਾਡੇ ਕੋਲ ਆਂਦਾ ਏ ਉਹ ਕੀ ਆ ਜਾਂਦਾ ਏ ਅਪਕਟਨ ਕਿਰਿਆ ਆ ਜਾਂਦਾ ਠੀਕ ਹੈ ਡੀਕੰਪੋਜੀਸ਼ਨ ਰੈਕਸ਼ਨ ਬਣਦੀ ਆ ਮਤਲਬ ਡੀਕੰਪੋਜ਼ ਕਰਨਾ ਡੀਕੰਪੋਜ਼ ਦਾ ਮਤਲਬ ਇਹੀ ਹੈ ਵੀ ਅਸੀਂ ਇਸ ਚੀਜ਼ ਨੂੰ ਕੀ ਕਰਨਾ ਹੈ ਤੋੜ ਦੇਣਾ ਹੈ ਠੀਕ ਹੈ ਟੁੱਟੇਗਾ ਇਹਦੇ ਵਿੱਚ ਟੁੱਟ ਕੇ ਸਿੰਪਲ ਜਿਹੜੇ ਤਤ ਨਿਹ ਨ ਪਦਾਰਥ ਨੇ ਉਹਨਾਂ ਦੇ ਵਿੱਚ ਹੀ ਬਦਲ ਜਾਣਗੇ ਠੀਕ ਹੈ ਆਪਾਂ ਸੰਯੋਜਨ ਪ੍ਰਤੀਕਿਰਿਆ ਪੜ੍ਹੀ ਸੀਗੀ ਸੰਯੋਜਨ ਕਿਹਨਾਂ ਦਾ ਜੁੜਨਾ ਹੁੰਦਾ ਹੈ ਉਹ ਜੁੜ ਗਿਆ ਸੀਗੀ ਹੁਣ ਕੀ ਕਰਨੀਆਂ ਨੇ ਅਪਘਟਨ ਪੜ੍ਹਨੀਆਂ ਠੀਕ ਹੈ ਤੇ ਦੇਖੋ ਪਹਿਲਾਂ ਤਾਂ ਜਿਵੇਂ ਰਿਐਕਸ਼ਨ ਸਮਝਣੀਆਂ ਤਾਂ ਉਹ ਸਮਝਣੀਆਂ ਨੇ ਵੀ ਹੈਕਿੰਗ ਕਿਰਿਆ 1.5 ਇਹਦੇ ਵਿੱਚ ਕਿਰਿਆ ਦੇ ਵਿੱਚ ਹੀ ਕੁਐਸਚਨ ਬਣਨੇ ਨੇ ਸਾਰੇ ਕੁਝ ਕੁਝ ਕਿਰਿਆ 1.5 ਕਿਰਿਆ 1.6 ਤੇ ਕਿਰਿਆ 1.7 ਠੀਕ ਹੈ ਜੀ ਤੇ ਕਿਰਿਆ 1.8 ਇਹ ਜਿਹੜੇ ਕਿਰਿਆਵਾਂ ਨੇ ਇਹ ਕਿਰਿਆਵਾਂ ਦੇ ਵਿੱਚੋਂ ਹੀ ਸਾਰੇ ਕੁਐਸਚਨ ਬਣਨੇ ਨੇ ਇਹ ਕਿਰਿਆਵਾਂ ਦੇ ਵਿੱਚੋਂ ਹੀ ਤੁਸੀਂ ਸੰਯੋਜਨ ਪ੍ਰਕਿਰਿਆ ਨੂੰ ਅਪਕਟਨ ਪ੍ਰਕਿਰਿਆ ਨੂੰ ਸਮਝ ਲੈਣਾ ਹੈ ਠੀਕ ਹੈ ਜੀ ਪੇਪਰ ਦੇ ਵਿੱਚ ਦੇ ਵਿੱਚੋਂ ਕੁਐਸਚਨ ਵੀ ਇਹਦੇ ਵਿੱਚ ਹੀ ਆ ਜਾਣੇ ਨੇ ਤਾਂ ਤੁਹਾਨੂੰ ਸਿੱਧਾ ਇਹਦੇ ਪੇਪਰ ਚ ਆ ਜਾਊਗਾ ਵੀ ਅਪਕਟਨ ਪ੍ਰਤੀਕਿਰਿਆ ਕੀ ਹੈ ਵੈਸੇ ਤਾਂ ਵੱਡਾ ਕੁਐਸਚਨ ਆ ਜਾਊਗਾ ਤੈਨੂੰ ਰਸਾਇਣਿਕ ਪ੍ਰਤੀਕਿਰਿਆ ਦੀ ਕਿਸਮਾਂ ਤੇ ਉਦਾਹਰਨਾਂ ਸਹਿਤ ਲਿਖੋ ਉਹਦੇ ਵਿੱਚ ਤੁਸੀਂ ਚਾਰ ਉਹਦੀਆਂ ਲਿਖ ਦੇਣਗੇ ਜੇ ਤੁਹਾਨੂੰ ਇਕੱਲਾ ਇਹ ਵੀ ਆ ਜਾਂਦਾ ਹੈ ਹੈਨਾ ਮਨ ਲਓ ਤੁਹਾਨੂੰ ਇਕੱਲਾ ਜਿਆਦਾ ਨ ਵੱਡੇ ਨੰਬਰਾਂ ਚ ਆ ਜਾਂਦੇ 3 ਜਾਂ 4 ਨੰਬਰ ਤਾਂ ਆ ਜਾਂਦਾ ਹੈ ਤਾਂ ਤੁਹਾਨੂੰ ਤਿੰਨ ਐਗਜ਼ਾਮਪਲ ਤਾਂ ਦੇਣੀਆਂ ਪੈਣਗੀਆਂ ਨੇ ਤਾਂ ਤਿੰਨੋਂ ਐਗਜ਼ਾਮਪਲ ਵੈਸੇ ਚਾਰ ਇਹਦੀਆਂ ਐਗਜ਼ਾਮਪਲ ਹੈਗੇ ਨੇ ਚਾਰ ਕਿਰਿਆਵਾਂ ਨੇ ਚਾਰੋਂ ਕਿਰਿਆਵਾਂ ਦੇ ਵਿੱਚ ਤੁਸੀਂ ਕੋਈ ਵੀ ਲਿਖ ਸਕਦੇ ਹੋ ਹੁਣ ਅਪਕਟਨ ਕਿਵੇਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਹ ਕਿੱਦਾਂ ਸਾਨੂੰ ਪਤਾ ਲੱਗਦਾ ਹੈ ਕਹਿੰਦਾ ਇੱਕ ਸੁੱਕੇ ਸਖਤ ओके ਦੇ ਕ੍ਰਿਸਟਲ ਲੈਣੇ ਇੱਕ ਕ੍ਰਿਸਟਲ ਦੀ ਫਾਰਮ ਦੇ ਵਿੱਚ ਹੈ ਓਕੇ ਫੈਰਸ ਸਲਫੇਟ ਦੇ ਕ੍ਰਿਸਟਲਾਂ ਨੂੰ ਦਾ ਰੰਗ ਨੋਟ ਕਰੋ ਪਹਿਲਾਂ ਉਹਨਾਂ ਦਾ ਰੰਗ ਨੋਟ ਕਰ ਲਓ ਕੀ ਰੰਗ ਹੈਗਾ ਹੈ ਪਰਖਣ ਲਈ ਨੂੰ ਬਰਨਰ ਜਾਂ ਸਪਿਰਿਟ ਲੈਂਪ ਉੱਤੇ ਗਰਮ ਕਰੋ ਪਰਖਣ ਲਈ ਨੂੰ ਬਰਨਰ ਜਾਂ ਸਪਿਰਿਟ ਲੈਂਪ ਉੱਤੇ ਕਰ ਲੋ ਗਰਮ ਕਰ ਲੋ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ ਗਰਮ ਕਰਨ ਤੋਂ ਬਰੰਤ ਕ੍ਰਿਸਟਲਾਂ ਦਾ ਰੰਗ ਦੇਖੋ ਠੀਕ ਹੈ ਹੁਣ ਕਹਿੰਦਾ ਵੀ ਉੜਦੀ ਗੈਸ ਨੂੰ ਹੌਲੀ-ਹੌਲੀ ਆਪਣੇ ਨੱਕ ਵੱਲ ਲਾ ਕੇ ਹੋ ਚੁੱਕੀ ਨਿਕਲ ਗਈ ਤੇ ਗੈਸ ਉਹ ਵਾਰ ਰਣੀਆ ਉਹਨੂੰ ਦੇਖੋ ਕੀ ਹੈ ਉਬਾਲਬ ਉਬਾਲ ਪਰਖਣ ਲਈ ਦਾ ਮੂੰਹ ਆਪਣੇ ਗੁੰੰਡੀ ਜਾਂ ਆਪਣੇ ਵੱਲ ਨਾ ਕਰੋ ਉਬਾਲ ਲੀਕ ਫੈਰਸਲਫੇਟ ਦੇ ਕ੍ਰਿਸਟਲ ਅਤੇ ਇਹਦੇ ਵਿੱਚ ਫੈਰਸਲਫੇਟ ਦੇ ਕ੍ਰਿਸਟਲ ਪਾ ਕੇ ਉਹ ਕਿਤਾ ਗਰਮ ਕਰਨਾ ਸ਼ੁਰੂ ਕੀਤਾ ਹੈ ਫੈਰਸਲਫੇਟ ਦੇ ਕ੍ਰਿਸਟਲ ਰੱਖਣ ਵਾਲੀ ਪਰਖਣ ਵਾਲੀ ਨਾਲ ਨਲੀ ਸਹੀ ਢੰਗ ਨਾਲ ਗਰਮਮੀ ਗਰਮ ਕਰਨਾ ਤੋਂ ਪਹਿਲਾਂ ਕੋਈ ਗੈਸ ਦੀ ਕੰਦ ਲੈਣਾ ਠੀਕ ਹੈ ਜਿਹੜੀ ਇਹਦੇ ਵਿੱਚ ਜਿਹੜੀ ਇਹਦੇ ਚ ਕੁਐਸਚਨ ਬਣਨੇ ਨੇ ਤੁਹਾਨੂੰ ਡਾਇਰੈਕਟ ਇਦਾਂ ਨਹੀਂ ਹੈਗਾ ਵੀ ਕਿਰਿਆ ਕਰਕੇ ਦਿਖਾਣੀ ਹੈ ਤੁਸੀਂ ਹਨ ਵੈਸੇ ਤਾਂ ਤੁਹਾਨੂੰ ਇਦਾਂ ਕਲਾਸ ਚ ਆ ਜਿਹੜੀ ਜੀ ਐਗਜ਼ਾਮਪਲ ਹੈ ਇਹਦੇ ਵਿੱਚ ਹੀ ਗੱਲ ਮੋਕਾ ਦੇਣਗੇ ਵੀ ਐਗਜ਼ਾਮਪਲ ਹੈ ਸੰਤੁਲਿਤ ਸੰਤੁਲਿਤ ਰੈਕਸ਼ਨ ਪਈ ਹੋਈ ਹੈ ਤੁਹਾਡੇ ਕੋਲ ਹਨਾ ਪਰ ਜੀ ਆਪਾ ਜੇ ਆਪਾ ਦੇਖੀਏ ਹਨਾ ਆਪਾ ਜਾ ਕੇ ਦੇਖਦੇ ਆ ਵੀ ਪਹਿਲੇ ਆਪ ਇਹ ਦੇਖਦੇ ਆ ਵੀ ਸਾਡੇ ਕੋਲ ਕਿ ਫੈਰਸ ਸਲਫੇਟ ਹੈ ਠੀਕ ਹੈ ਸਮਝਣ ਦੀ ਕੋਸ਼ਿਸ਼ ਕਰਦੇ ਸਾਡੇ ਕੋਲ ਕੀ ਹੈ ਐਫਈਐਸਓ4 ਹੈ ਪਰ ਇਹ ਪਤਾ ਕੀ ਐਕਸ ਐਚ2ਓ ਹੁੰਦਾ ਹੈ ਜਿਹੜੀ ਕ੍ਰਿਸਟਲ ਨੇ ਜਿਹੜੀ ਕ੍ਰਿਸਟਲ ਨੇ ਇੱਕ ਇਹਦੇ ਵਿੱਚ ਨੇ ਐਕਸ ਟੂ ਐਚ ਦੇ ਐਕਸ ਐਚ2ਓ ਨਾਲ ਹੁੰਦਾ ਹੈ ਭਲੇ ਇਹਦੇ ਵਿੱਚ ਨੇ ਕੀ ਹੁੰਦਾ ਇਹ ਲਾਈਕ ਵਾਟਰ ਦੀ ਇਹਦੇ ਵਿੱਚ ਮਾਤਰਾ ਹੁੰਦੀ ਹੈ ਆਪਾਂ ਜਿਵੇਂ ਬੋਲਦੇ ਨਾ ਪੰਜਾਬੀ ਚ ਸੱਲਾ ਹੈ ਸਲੀ ਸਲੀ ਚੀਜ਼ ਹੈ ਮਿੱਟੀ ਜਿਵੇਂ ਸਲੀ ਹੋ ਜਾਂਦੀ ਹੈ ਉਹਦੇ ਚ ਪਾਣੀ ਦੀ ਮਾਤਰਾ ਹੁੰਦੀ ਹੈ ਜੀ ਐਕਸ ਕਿੰਨੀ ਹੁੰਦੀ ਹੈ ਇਹ ਨਹੀਂ ਪਤਾ ਇਹ ਵਾਧੇ ਘਟਦੇ ਰਹਿੰਦੀ ਹੈ ਉਸ ਤੋਂ ਬਾਅਦ ਜਦੋਂ ਆਪਾਂ ਹੀਟ ਕਰਦੇ ਹਾਂ ਇਹਨੂੰ ਪਤਾ ਹੀ ਕਰਨਾ ਦੋ ਵਾਰੀ ਹੀਟ ਕਰਨਾ ਇੱਕ ਵਾਰੀ ਇੱਕ ਵਾਰੀ ਹੀਟ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਪਾਣੀ ਸਾਰਾ ਉੱਡ ਜਾਂਦਾ ਐਫੀਐਸਓ4 ਬਚ ਜਾਂਦਾ ਹੈ ਜਦੋਂ ਐਫੀਐਸਓ4 ਬਚ ਜਾਂਦਾ ਹੈ ਇਹਨੂੰ ਜਦੋਂ ਫੇਰ ਹੀਟ ਕਰਦੇ ਹਾਂ ਦੁਬਾਰਾ ਹੀਟ ਕਰਦੇ ਹਾਂ ਤਾਂ ਸਾਡੇ ਕੋਲ ਫਿਰ ਆਹ ਵਾਲੀ ਰਿਐਕਸ਼ਨ ਜਿਹੜੀ ਇਹ ਰਿਐਕਸ਼ਨ ਹੋਣੀ ਹੈ ਸਾਡੇ ਕੋਲ ਉਸ ਦੁਬਾਰਾ ਰਿਐਕਸ਼ਨ ਕਰਨੀਆਂ ਤਾਂ ਇਹਦੇ ਵਿੱਚੋਂ ਕੀ ਬਣਨਾ ਹੈ ਜਦੋਂ ਆਹ ਰਿਐਕਸ਼ਨ ਕਰਨੀ ਹੈ ਮੈਂ ਐ ਡੈਲਟਾ ਮੈਨੂੰ ਦੱਸਦੇ ਪਿਆ ਇਹਦਾ ਇਹਦਾ ਮਤਲਬ ਹੁੰਦਾ ਹੈ ਡੈਲਟਾ ਠੀਕ ਹੈ ਇਹ ਡੈਲਟਾ ਸਾਈਨ ਹੈ ਜਿਵੇਂ ਆਪਾਂ ਇੰਗਲਿਸ਼ ਚ ਡੀ ਹੈ ਨਾ ਉਹਦੇ ਗ੍ਰੀਕ ਲੈਟਰ ਹੈ ਇਹ ਡੈਲਟਾ ਇਹ ਕੈਪੀਟਲ ਡੈਲਟਾ ਹੈ ਜਦੋਂ ਜਦੋਂ ਹੀਟ ਕਰਾਂਗੇ ਇਹ ਮਿਕੁਲਗੀ ਬਣ ਜਾਏਗਾ ਐਫਈਐਸਓ4 ਪਲੱਸ ਸਲਫਰ ਡਾਈਆਕਸਾਈਡ ਗੈਸ ਨਿਕਲਦੀ ਹੈ ਪਲੱਸ ਤੁਹਾਡੇ ਕੋਲ ਸਲਫਰ ਟ੍ਰਾਈਆਕਸਾਈਡ ਗੈਸ ਨਿਕਲਦੀ ਹੈ ਇਹ ਗੈਸਾਂ ਨਿਕਲਣਗੀਆਂ ਜਦੋਂ ਇਹਦੇ ਵਿੱਚ ਹੁਣ ਜਿਹੜੀ ਚੀਜ਼ ਹੈਗੀ ਆ ਹੁਣ ਜੇ ਆਪਾਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹਦੇ ਵਿੱਚ ਇੱਕ ਐਫਈ ਇਹ ਐਫ ਹੀ ਹੈ ਇਹਦੇ ਵਿੱਚ ਵੀ ਇੱਕ ਐਫ ਹੀ ਹੈ ਇਹਦੇ ਵਿੱਚ ਇੱਕ ਐਸ ਹੈ ਪਰ ਇੱਧਰ ਕਿੰਨੇ ਪਏ ਨੇ ਦੋ ਐਸ ਪਏ ਨੇ ਠੀਕ ਹੈ ਪਹਿਲੇ ਇਸ ਕਰਕੇ ਫਿਰ ਮੈਨੂੰ ਬੈਲੈਂਸ ਕਰਨੀ ਪੈਂਦੀ ਹੈ ਜਿਵੇਂ ਹੁਣ ਇੱਧਰ 2 ਐਫ ਹੀ ਕਰਤੇ ਤਾਂ ਇੱਧਰ ਵੀ ਕੀ ਕਰਨੇ ਪਣਿਆ ਐਫ ਹੀ 2 ਠੀਕ ਹੈ ਜੀ ਮਤਲਬ ਜਦੋਂ ਗੈਪ ਪੂਰਾ ਫਾਰਮੂਲਾ ਮੰਗੇ ਐਫ ਹੀ 2 ਜਦੋਂ ਜਦੋਂ ਟੁੱਟ ਕੇ ਐਫ ਹੀ 2 ਐਸਓ ਇੱਥੇ ਕੀ ਬੰਦੇ 3 ਐਸਓ 3 ਐਸਓ 2 ਐਸਓ 3 ਮਤਲਬ ਉਸ ਤੋਂ ਬਾਅਦ ਆਹ ਸਾਡੇ ਕੋਲ ਕੀ ਹੋਣਗੇ ਬਣ ਕੇ ਆ ਜਾਣਗੇ ਠੀਕ ਹੈ ਜੀ ਇੱਕ ਫੈਰਿਕਸ ਇੱਕ ਹੀ ਬਣ ਜਾਏਗਾ ਸਾਡੇ ਕੋਲ ਇੱਧਰ ਇੱਥੇ ਲਿਖਦਾ ਪੰਜਾਬੀ ਵਿੱਚ फेरिक ऑक्साइड ठीक है जी ਉਦੋਂ ਬਾਅਦ ਸਾਡੇ ਕੋਲ ਕੀ ਆ ਜਾਂਦੀ ਹੈ ਸਲਫਰ ਡਾਈਆਕਸਾਈਡ ਤੇ ਸਲਫਰ ਟ੍ਰਾਈਆਕਸਾਈਡ ਇਹਦੀ ਤਿੰਨ ਚੀਜ਼ਾਂ ਨੇ ਠੀਕ ਹੈ ਹੁਣ ਤੁਸੀਂ ਕੀ ਕਰ ਸਕ ਕੀ ਕਰਨਾ ਹੈ ਕੁਝ ਨਹੀਂ ਕਰਨਾ ਹੈ YouTube ਤੇ ਜਾਣਾ ਹੈ ਠੀਕ ਹੈ ਮੰਨ ਲਓ ਕਿ ਆ ਕਿਸੇ ਦਾ ਕਿਸੇ ਨੇ ਰਿਐਕਸ਼ਨ ਕਰਾ ਕੇ ਦਿਖਾਇਆ ਹੋਇਆ ਹੈ ਹਨਾ YouTube ਤੇ ਜਾ ਕੇ ਤੁਸੀਂ ਇਦਾਂ ਪ੍ਰੈਕਟੀਕਲੀ ਦੇਖਣਾ ਹੈ ਵੀ ਕਿਸ ਤਰੀਕੇ ਦੀ ਗੈਸ ਹੁੰਦੀ ਹੈ ਕਿਸ ਤਰੀਕੇ ਦੀ ਗੈਸ ਨਹੀਂ ਨਿਕਲਣੀ ਹੈਗੀ ਇਹਦੇ ਵਿੱਚੋਂ ਕੀ ਬਣਨਾ ਹੈ ਕੀ ਨਹੀਂ ਬਣਨਾ ਥੋੜਾ نیٹ ਸਲੋ ਚੱਲਦਾ ਹੈ ਮੈਨੂੰ ਤੁਹਾਨੂੰ ਸਮਝਾ ਗਏਂਦਾ ਵਿੱਚ ਜਾ ਕੇ ਤੁਸੀਂ ਦੇਖਣਾ। ਉਸ ਤੋਂ ਦੂਜੀ ਗੱਲ ਜਿਹੜੀ ਹੈਗੀ ਆ ਇਹ ਦੇਖੋ YouTube ਤੇ ਬਹੁਤ ਸਾਰੀਆਂ ਵੀਡੀਓ ਪਈਆਂ ਨੇ ਵੀਡੀਓ ਪਈਆਂ ਨੇ ਦੂਜੇ ਵੀ ਮਤਲਬ ਕਈ ਸਕੂਲਾਂ ਦੇ ਟੀਚਰਾਂ ਨੇ ਵੀ ਕਰਾਈ ਹੋਈਆਂ ਨੇ ਹਨਾ ਜਿਹਦੇ ਵਿੱਚ ਤੁਸੀਂ ਸਿਰਫ ਇਹ ਜਾ ਕੇ ਪੜਨਾ ਵੀ ਫੈਰਸਲਫੇਟ ਦੇ ਕ੍ਰਿਸਟਲ ਕਿੱਦਾਂ ਬਣਦੇ ਨੇ ਠੀਕ ਹੈ ਉਹ ਤੁਹਾਨੂੰ ਉਹਦੇ ਤੇ ਪਤਾ ਲੱਗ ਜਾਊਗਾ ਠੀਕ ਹੈ ਐਕਸਪੈਰੀਮੈਂਟ ਦੇਖ ਕੇ ਤੁਹਾਨੂੰ ਜ਼ਿਆਦਾ ਸਮਝ ਆ ਜਾਊਗਾ ਇਹਦੇ ਤੇ ਤੁਹਾਨੂੰ ਸਮਝ ਆ ਹੀ ਜਾਣਾ। ਉਹ ਤੋਂ ਬਾਅਦ ਜਿਹੜੀ ਇਹ ਹੈ ਇਹ ਕਿਸ ਕਲਰ ਦਾ ਹੈ ਇਹ ਗ੍ਰੀਨ ਕਲਰ ਦਾ ਹੈ ਨਾਲੇ ਤੁਸੀਂ ਨਾ ਸਿਰਫ ਇੱਕ ਵੀਡੀਓ ਨਾ ਦੇਖਿਆ ਕਰੋ ਲਾਈਕ ਇੱਕ ਵੀਡੀਓ ਨਾ ਦੇਖਿਆ ਕਰੋ ਤੁਸੀਂ YouTube ਤੇ ਜਾ ਕੇ ਕੜ-ਕੜ ਦੋ ਤਿੰਨ ਚਾਰ ਵੀਡੀਓ ਦੇਖਿਆ ਕਰੋ ਹਰ ਇੱਕ ਟੀਚਰ ਦੀ ਜੇ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਜਿੰਨੇ ਵੀ YouTube ਤੇ ਜਿੰਨੇ ਸਾਰਿਆਂ ਨੇ ਚੈਨਲ ਬਣਾਏ ਹੋਏ ਨੇ ਉਹ ਤੁਹਾਨੂੰ ਸਿਖਾਉਣ ਨੂੰ ਬਣਾਏ ਨੇ ਕੁਝ ਨਵੇਂ ਤੋਂ ਨਵਾਂ ਸਿਖਾਉਣ ਬਣਾਏ ਨੇ ਪਰ ਸਾਡੀ ਪ੍ਰੋਬਲਮ ਤਾਂ ਕੀ ਹੈ ਅਸੀਂ ਜਾਣਦੇ ਹਾਂ ਵੀ ਇੱਕ ਵੀਡੀਓ ਦੇਖ ਕੇ ਛੋਟਾ ਜਿਹਾ ਦੇਖ ਕੇ ਸਾਡਾ ਕੰਮ ਬੰਨ ਜਵੇ ਠੀਕ ਹੈ ਇਸ ਕਰਕੇ ਨੂੰ ਵਾਰ-ਵਾਰ ਦੇਖਣ ਦੀ ਕੋਸ਼ਿਸ਼ ਕਰੋ ਡਿਫਰੈਂਟ ਡਿਫਰੈਂਟ ਚੈਨਲਾਂ ਤੋਂ ਡਿਫਰੈਂਟ ਡਿਫਰੈਂਟ ਨੌਲੇਜ ਲੈਣ ਦੀ ਕੋਸ਼ਿਸ਼ ਕਰੋ ਹਰ ਟੀਚਰ ਦਾ ਇੱਕ ਆਪਣਾ ਲੈਵਲ ਹੁੰਦਾ ਹੈ ਉਹ ਆਪਣੇ ਡਿਫਰੈਂਟ ਡਿਫਰੈਂਟ ਲੈ ਲੈਕ ਜਿਵੇਂ ਮੈਂ ਟੈਬਲੇਟ ਤੇ ਪੜਾ ਰਿਹਾ ਤੁਹਾਨੂੰ ਹਨਾ ਕੋਈ ਲੈਫਟ ਖੜ ਕੇ ਪੜਾ ਰਿਹਾ ਹੈ ਕੋਈ ਤੁਹਾਨੂੰ ਮੈਨੂੰ ਡਿਫਰੈਂਟ ਡਿਫਰੈਂਟ ਐਨੀਮੇਸ਼ਨ ਦੇ ਨਾਲ ਵੀ ਪੜਾ ਸਕਦਾ ਹੈ। ਕਲੀਅਰ ਹੋ ਗਈ ਗੱਲ ਇੱਥੇ ਤੱਕ ਇਹ। ਹਾਂ ਇਹਦਾ ਕਲਰ ਕੀ ਇਹਦਾ ਕਲਰ ਪਹਿਲਾਂ ਕੀ ਹੁੰਦਾ ਹੈ ਜਦੋਂ ਬਣ ਕੇ ਆਏਗਾ ਹਨਾ ਪਹਿਲੇ ਗ੍ਰੀਨ ਕਲਰ ਦਾ ਹੁੰਦਾ ਹੈ। ਉਸ ਤੋਂ ਬਾਅਦ ਕਿਹਦੇ ਵਿੱਚ ਬਣ ਜਾਂਦਾ ਹੈ? ਵਾਈਟ ਵਿੱਚ ਬਣ ਜਾਂਦਾ ਹੈ। ਇਹਨੂੰ ਇਹ ਸਾਨੂੰ ਪੁੱਛਿਆ ਸੀਗਾ ਕਹਿੰਦਾ ਫੈਰਿਕ ਫੈਰਸ ਸਲਫੇਟ ਦੇ ਕ੍ਰਿਸਟਲ ਉਹ ਫੈਰਸ ਸਲਫੇਟ ਦੇ ਕ੍ਰਿਸਟਲ ਦਾ ਰੰਗ ਨੋਟ ਕਰੋ। ਪਹਿਲਾਂ ਗ੍ਰੀਨ ਚ ਕਲਰ ਚ ਹੁੰਦੇ ਨੇ ਕਿਉਂ? ਇਹਦੇ ਵਿੱਚ ਵਾਟਰ ਹੁੰਦਾ ਸੱਲਾ ਹੁੰਦਾ ਐਚ2ਓ ਨਾਲ ਲੱਗ ਜਾਂਦਾ ਕਿੰਨੇ ਇਹ ਨਹੀਂ ਸਾਨੂੰ ਪਤਾ ਕਿਉਂਕਿ ਬਦਲਦੇ ਰਹਣੇ ਨੇ ਇਹ ਵਾਟਰ ਦੇ ਜਿਹੜੇ ਕ੍ਰਿਸਟਲ ਨੇ ਉਤੋਂ ਬਾਅਦ ਪਰਖਣ ਵਾਲੀ ਨੂੰ ਬਰਨਰ ਸਪਿਰਟ ਲਾਂ ਤੇ ਗਰਮ ਕਰ ਲੈਣੇ ਆ ਤੇ ਉਤੋਂ ਬਾਅਦ ਰੰਗ ਕਿਹਾ ਜਾਂਦਾ ਸਾਡੇ ਕੋਲ ਕ੍ਰਿਸਟਾ ਰੰਗ ਸਾਡੇ ਕੋਲ ਬਾਜੋ ਗਿਆ ਜਾਣਾ ਹੈ ਵਾਈਟ ਕਲਰ ਦਾ ਆ ਜਾਣਾ ਹੈ ਓਕੇ ਬਾਕੀ ਤੁਸੀਂ ਜਾ ਕੇ YouTube ਤੇ ਵੀਡੀਓ ਦੇਖੋ ਡਿਫਰੈਂਟ ਜਿਹੜੇ ਛੇ ਜਿਹਨਾਂ ਲੈਬ ਦੇ ਵਿੱਚ ਕਰਾਇਆ ਹੈ ਤਾਂ ਕਿ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਵੇ ਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਕਿਰਿਆ ਵਿੱਚ ਇਕੱਲਾ ਅਭਿਕਾਰਕ ਇੱਕ ਇਕੱਲਾ ਅਭਿਕਾਰਕ ਸੀ ਨਾ ਆਵੜਾ ਕਲਾਵੀਕਾਰਕ ਸੀਗਾ ਵਿਕਟਾ ਤਾਂ ਹੋ ਕੇ ਸਧਾਰਨ ਉਤਪਾਦ ਬਣਾਉਂਦਾ ਹੈ ਸਧਾਰਨ ਉਤਪਾਦ ਬਣਾਉਂਦਾ ਹੈ ਇਹ ਅਪਕਟਨ ਕਿਰਿਆ ਹੈ ਸਮਝ ਜਾਗੀ ਉਹਨਾਂ ਨੂੰ ਕੁਐਸਚਨ ਦਿੱਤਾ ਜਾਊਗਾ ਅਪਕਟਨ ਕਿਰਿਆ ਕਿਸ ਨੂੰ ਆਖਦੇ ਹਨ ਉਹ ਕਿਰਿਆ ਜਿਸ ਵਿੱਚ ਇੱਕ ਅੱਲਾ ਇਕੱਲਾ ਅਭਿਕਾਰਕ ਵਿਕਟਨ ਹੋ ਕੇ ਕੀ ਕਰਦਾ ਹੈ ਕਲਾਵੀਕਾਰਕ ਇੱਕ ਸੈਕਿੰਡ ਵੀਟ ਕਰਨੀ ਪਈ ਪੇਜ ਹਲ ਗਿਆ ਠੀਕ ਹੈ ਜੀ ਇਕੱਲਾ ਵੀਕਾਰਕ ਕੀ ਕਰਦਾ ਹੈ ਇੱਕ ਕਲਾ ਅਭਿਕਾਰਕ ਵੀ ਕਿਰਤ ਹੋ ਕੇ ਸਧਾਰਨ ਉਤਪਾਦ ਬਣਾਉਂਦਾ ਹੈ ਇਹ ਪਕਰਣ ਕਿਰਿਆ ਹੈ ਜਦੋਂ ਫੈਰਸ ਸਲਫੇਟ ਦੇ ਕ੍ਰਿਸਟਲਾਂ ਨੂੰ ਠੀਕ ਹੈ ਫੈਰਸ ਸਲਫੇਟ ਦੇ ਕਿਸੇ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਆਪਣਾ ਪਾਣੀ ਘਵਾ ਦਿੰਦੇ ਹਾਂ ਨਾ ਤਾਂ ਦਸਾਂ ਦੇ ਵਿੱਚ ਪਾਣੀ ਹੁੰਦਾ ਹੈ ਤਾਂ ਇਹ F E 2 S O 4 X H 2 O ਤੁਹਾਡੇ ਕੋਲ ਪਿਆ ਹੈ ਠੀਕ ਹੈ ਇਹ ਚ ਪਾਣੀ ਦੇ ਕ੍ਰਿਸਟਲ ਹੁੰਦੇ ਨੇ ਇਹ ਕ੍ਰਿਸਟਲਾਂ ਦਾ ਰੰਗ ਬਦਲਦਾ ਹੈ ਜੇ ਜਦੋਂ ਪਾਣੀ ਘਵਾਤਾ ਉਹਦੇ ਕਰਕੇ ਹੋਏਗਾ ਰੰਗ 'ਚ ਬਦਲਾਅ ਆ ਜਾਂਦਾ ਹੈ ਠੀਕ ਹੈ ਪਹਿਲਾਂ ਹਰੇ ਫਿਰ ਵਾਈਟ ਹੋ ਜਾਂਦਾ ਹੈ ਹੋਰ ਗਰਮ ਕਰਨ ਨਾਲ ਜਦੋਂ ਹੋਰ ਗਰਮ ਕੀਤਾ ਜਾਂਦਾ ਹੈ ਤਾਂ ਉਹ ਉਹ ਰਿਐਕਸ਼ਨ ਕਰੀਏ ਨਾ ਮੈਂ ਪਹਿਲਾਂ ਪਹਿਲਾਂ ਨਾਰਮਲ ਸੀਗਾ ਇਹ ਇਹਨੂੰ ਗਰਮ ਕੀਤਾ ਪਾਣੀ ਉੱਡ ਗਿਆ ਪਾਣੀ ਉੱਡਣ ਤੋਂ ਬਾਅਦ ਗਰਮ ਕੀਤਾ ਫਿਰ ਇਹ ਵਾਲਾ ਜਿਹੜਾ ਬਚਿਆ ਉਹਦੀ ਰਿਐਕਸ਼ਨ ਕਰਤੀ ਫਿਰ ਉਸ ਤੋਂ ਬਾਅਦ ਟੁੱਟੇਗਾ ਇਹ ਜਦੋਂ ਟੁੱਟ ਜਾਂਦਾ ਹੈ ਇਫ ਟੁੱਟ ਕੇ ਫੈਰਿਕ ਆਕਸਾਈਡ ਸਲਫਰ ਡਾਈ ਆਕਸਾਈਡ ਤੇ ਸਲਫਰ ਟਰਾਈ ਆਕਸਾਈਡ ਪੈਦਾ ਕਰਦੇ ਹਨ ਫੈਰਿਕ ਆਕਸਾਈਡ ਇੱਕ ਠੋਸ ਹੈ ਜਦੋਂ ਕਿ ਸਲਫਰ ਡਾਈ ਆਕਸਾਈਡ ਤੇ ਸਲਫਰ ਟਰਾਈ ਆਕਸਾਈਡ ਗੈਸਾਂ ਹਨ ਓਕੇ ਕੈਲਸ਼ੀਅਮ ਕਾਰਬੋਨੇਟ ਹੁਣ ਠੀਕ ਹੈ ਇਹ ਇਹ ਤਾਂ ਸਾਡੀ ਇੱਥੇ ਪਹਿਲੀ ਐਗਜ਼ਾਮਪਲ ਖਤਮ ਹੋ ਗਈ ਹੈ ਠੀਕ ਹੈ ਇਹ ਸੜੀ ਪਹਿਲੀ ਖਤਮ ਹੋ ਗਈ ਹੈ ਇਹ ਦੂਜੀ ਐਗਜ਼ਾਮਪਲ ਇੱਥੇ ਪਈ ਹੈ ਸਾਡੇ ਕੋਲ ਇਹ ਦੂਜੀ ਐਗਜ਼ਾਮਪਲ ਆ ਗਈ ਠੀਕ ਹੈ ਉਹ ਟਾਪਿਕ ਦੇ ਨਾਲ ਹੁਣ ਇਹਦਾ ਕੋਈ ਲੈਣਾ ਨਹੀਂਗਾ ਉਹ ਅਪਘਟਨ ਦੀ ਕਿਰਿਆ ਖਤਮ ਹੋ ਚੁੱਕੀ ਹੈ ਹੁਣ ਦੂਜੀ ਜਿਹੜੀ ਆ ਗਈ ਸਾਡੇ ਕੋਲ ਕਹਿੰਦਾ ਕੈਲਸ਼ੀਅਮ ਕਾਰਬੋਨੇਟ ਦਾ ਗਰਮ ਹੋਣ ਤੇ ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਵਿੱਚ ਟੁੱਟਣਾ ਇੱਕ ਮਹੱਤਵਪੂਰਨ ਅਪਘਟਨ ਕਿਰਿਆ ਹੈ ਜਿਸ ਦੀ ਵਰਤੋਂ ਬਹੁਤ ਸਾਰੇ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ ਕੈਲਸ਼ੀਅਮ ਆਕਸਾਈਡ ਨੂੰ ਚੂਨਾ ਜਾਂ ਅਣਬੁਜਿਆ ਚੂਨਾ ਕਿਹਾ ਜਾਂਦਾ ਹੈ ਠੀਕ ਹੈ ਜਿਹੜੇ ਜਿਹੜੇ ਜਦੋਂ ਚਾਣੀ ਖਣੇ ਲੈਂਦੇ ਆ ਜਾਂ ਜਰਦਾ ਲੈਂਦੇ ਉਹਦੇ ਚਿੱਤ ਨੂੰ ਇੱਕ ਤੁਸੀਂ ਦੇਖਣੇ ਕਿ ਡੱਬੀ ਮਿਲਦੀ ਹੈ ਵਾਈਟ ਜਿਹੇ ਕਲਰ ਦੀ ਹੈ ਨਾ ਉਹਦੇ ਚ ਚੂਨਾ ਹੀ ਹੁੰਦਾ ਹੈ ਉਹ ਠੀਕ ਹੈ ਤਾਂ ਉਹ ਕੀ ਹੈ CaCO3 ਠੀਕ ਹੈ ਪਰ ਉਹ ਕਿਹਦੇ ਚ ਹੁੰਦਾ ਹੈ क्रशिंग ਕ੍ਰਸ਼ ਕੀਤਾ ਹੁੰਦਾ ਨਾ ਤੋੜਿਆ ਹੁੰਦਾ ਹੈ ਤੇ ਕੈਲਸ਼ੀਅਮ ਆਕਸਾਈਡ ਨੂੰ ਜਿਦੋਂ ਕੀ ਕੀਤਾ ਜਾਂਦਾ ਹੈ ਚੂਨਾ ਜਾਨਵਰ ਚੂਨਾ ਨੂੰ ਇਸ ਦੇ ਬਹੁਤ ਸਾਰੇ ਉਪਯੋਗ ਹਨ ਉਹਨਾਂ ਵਿੱਚੋਂ ਇੱਕ ਇਹ ਹੈ ਕਿ ਇਸ ਨੂੰ ਸੀਮੈਂਟ ਬਣਾਉਣ ਵਿੱਚ ਵਰਤਿਆ ਜਾਂਦਾ ਹੈ ਤੁਹਾਨੂੰ ਕੁਐਸਚਨ ਵਿੱਚ ਆ ਸਕਦਾ ਹੈ ਕਿਸ ਚੀਜ਼ ਨੂੰ ਸੀਮੈਂਟ ਬਣਾਉਣ ਵਿੱਚ ਵਰਤੇ ਜਾ ਸਕਦਾ ਹੈ ਜਦੋਂ ਅਪਕਟਨ ਕਿਰਿਆ ਕਰਕੇ ਗਰਮ ਕੀਤਾ ਜਾਂਦਾ ਹੈ ਤਾਂ ਤਾਪ ਅਪਕਟਨ ਕਿਰਿਆ ਆਖਦੇ ਹਨ ਠੀਕ ਹੈ ਇਹਨੂੰ ਕੀ ਕਹਿੰਦੇ ਸੀ ਤਾਪ ਦੇ ਕਰਕੇ ਕੀ ਹੋਈ ਹੈ ਅਪਕਟਨ ਹੋਇਆ ਪਿਛਲੇ ਜਿਵੇਂ ਤਾਪ ਕੀਤਾ ਸੀ ਇਹਦੇ ਵਿੱਚ ਵੀ ਤਾਪ ਕੀਤਾ ਹੈ ਤਾਂ ਚੂਨੇ ਦਾ ਪੱਥਰ ਲਿਆ CaCO3 ਠੀਕ ਹੈ ਜੀ ਇਹਨੂੰ ਕੀ ਕੀਤਾ ਹੀਟ ਕੀਤਾ ਤਾਂ ਸਾਡੇ ਕੋਲ ਕੀ ਆ ਗਿਆ ਕੈਲਸ਼ੀਅਮ ਆਕਸਾਈਡ ਪਲੱਸ ਕੈਲਸ਼ੀਅਮ ਕਾਰਬਨ ਡਾਈਆਕਸਾਈਡ ਠੀਕ ਹੈ ਜੀ ਇਹਦੇ ਕੋਲ ਕੀ ਹੈ ਅਣਭੁਜ ਚੁੰਨਿਆ ਤੇ ਨਾਲ ਕੀ ਪੈਦਾ ਹੋ ਗਈ ਗੈਸ ਹੋ ਗਈ ਹੈ ਮਤਲਬ ਇੱਕ ਜਿਹੜਾ ਅਭਿਕਾਰਕ ਸੀਗਾ ਉਹ ਟੁੱਟ ਕੇ ਕਿਹਦੇ ਵਿੱਚ ਕਨਵਰਟ ਹੋ ਗਿਆ ਦੋ ਸਿੰਪਲ ਤੱਤਾਂ ਦੇ ਵਿੱਚ ਕਨਵਰਟ ਹੋ ਗਿਆ ਹੁਣ ਤੁਹਾਡੇ ਕੋਲ ਕੀ ਰਿਐਕਸ਼ਨ ਅਗਲੀ ਇਹ ਵੀ ਦੂਜਾ ਕੁਸ਼ਚਨ ਵੀ ਇੱਥੇ ਖਤਮ ਹੋ ਗਿਆ ਤੀਜਾ ਹੈ ਤਾਪ ਅਪਕਟਨ ਕਿਰਿਆ ਦੇ ਇੱਕ ਹੋਰ ਉਦਾਹਰਣ ਦਿਓ ਦੇਖੋ ਜੇ ਤਾਪਕ ਜੇ ਤਾਪ ਅਪਕਟਨ ਦੀਆਂ ਕਿਰਿਆਵਾਂ ਦੀਆਂ ਬੇਨਾਂ ਤੁਸੀਂ ਦੇਖਣਾ ਹੈ ਪਹਿਲਾਂ ਜਿਹੜੀਆਂ ਆਪਾਂ ਤਿੰਨ ਕਰਕੇ ਆਏ ਆਂ ਦੋ ਕਰਕੇ ਆਏ ਆ ਉਹ ਵੀ ਤਾਪ ਅਪਕਟਨ ਕਰਕੇ ਹੀ ਟੁੱਟਦੇ ਆ ਪਿਆ ਨੇ ਹੁਣ ਕਹਿੰਦਾ ਹੈ ਇਹ ਚ ਕੀ ਹੈ ਲੈਡ ਨਾਈਟ੍ਰੇਟ ਨੂੰ ਗਰਮ ਕਰਨਾ ਤੇ ਨਾਈਟ੍ਰੋਜਨ ਡਾਈਆਕਸਾਈਡ ਦਾ ਬਾਹਰ ਨਿਕਲਣਾ ਹੁਣ ਅਸੀਂ ਲੈਡ ਨਾਈਟ੍ਰੇਟ ਨੂੰ ਕੀ ਕਰ ਲਗਿਆ ਗਰਮ ਕਰ ਲਗਿਆ ਇਹ ਕਿਸ ਕਲਰ ਦਾ ਹੁੰਦਾ ਹੈ ਇਹ ਵਾਈਟ ਕਲਰ ਦਾ ਹੁੰਦਾ ਹੈ ਠੀਕ ਹੈ ਇਹ YouTube ਤੇ ਤੁਸੀਂ ਜਾ ਕੇ ਸਰਚ ਮਾਰੋ ਇਹ ਹੀ ਐਕਸਪੈਰੀਮੈਂਟ ਨੂੰ ਇਦਾਂ ਹੀ ਵੀ ਲੈਡ ਨਾਈਟ੍ਰੇਟ ਨੂੰ ਜਦੋਂ ਆਪਾਂ ਹੀਟ ਕਰਦੇ ਹਾਂ ਤਾਂ ਕੀ ਹੁੰਦਾ ਹੈ ਐਕਸਪੈਰੀਮੈਂਟ ਠੀਕ ਹੈ ਲੈਡ ਨਾਈਟ੍ਰੇਟ ਹੀਟਿੰਗ ਐਕਸਪੈਰੀਮੈਂਟ YouTube ਤੇ ਭਰ ਦਿਓ ਤੁਹਾਨੂੰ 2-4 ਮਿੰਟ ਦੀ ਵੀਡੀਓ ਕੋਈ ਲੱਭ ਜਾਏਗੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਓਕੇ ਉਤਤ ਪਰਖਨ ਲਈ ਹੋਲਡਰ ਲਿਆ ਉਬਾਲਨ ਵਾਲੀ ਲੈਡ ਨਾਈਟ੍ਰੇਟ ਨੂੰ ਹੀਟ ਕੀਤਾ ਜੇ ਇਹਦਾ ਰੰਗ ਬਦਲੇਗਾ ਇਹ ਥੋੜਾ ਬਰਾਉਨਿਸ਼ ਕਲਰ ਦੇ ਵਿੱਚ ਹੋ ਜਾਂਦਾ ਹੈ ਤੇ ਇਹਦੇ ਵਿੱਚੋਂ ਕੀ ਨਿਕਲਦੀ ਹੈ ਨਾਈਟ੍ਰੋਜਨ ਗੈਸ ਬਾਹਰ ਨਿਕਲਦੀ ਹੈ ਇੱਕ ਐਕਸਪੈਰੀਮੈਂਟ ਹੈ ਇੱਕ ਉਬਾਲਨ ਵਾਲੀ ਵਿੱਚ ਲਗਭਗ 2 ਗ੍ਰਾਮ ਲੈਡ ਨਾਈਟ੍ਰੇਟ ਪਾਊਡਰ ਪਾਓ ਉਬਾਲਨ ਵਾਲੀ ਨੂੰ ਪਰਖਨ ਵਾਲੀ ਹੋਲਡਰ ਜਾਂ ਚਿੰਟੀ ਨਾਲ ਪਕੜੋ ਅਤੇ ਇਸ ਨੂੰ ਲਾਰਟ ਉੱਤੇ ਗਰਮ ਕਰੋ ਜਿਵੇਂ ਚਿੱਤਰ 1.5 ਵਿੱਚ ਵਿਖਾਇਆ ਗਿਆ ਹੈ ਤੁਸੀਂ ਕੀ ਵੇਖਦੇ ਹੋ ਜੇਕਰ ਕੋਈ ਤਬਦੀਲੀ ਵਾਪਰੀ ਹੋਵੇ ਤਾਂ ਉਸ ਨੂੰ ਨੋਟ ਕਰੋ ਠੀਕ ਹੈ ਜੇ ਕੋਈ ਤਬਦੀਲੀ ਹੁੰਦੀ ਹੈ ਤਾਂ ਨੋਟ ਕਰਨੀ ਹੈ ਸਾਰੀ ਆਪਾਂ ਕੁਐਸਚਨ ਹ ਅਸ ਤੁਸੀਂ ਪੂਰੇ ਰੰਗ ਦਾ ਧੂਆਂ ਪੂਰੇ ਰੰਗ ਦਾ ਧੂਆਂ ਪਰਖਣ ਵਾਲੇ ਦੇ ਮੂੰਹ ਚੋਂ ਬਾਹਰ ਨਿਕਲਦਾ ਦੇਖੋਗੇ ਓਕੇ ਮੈਂ ਜਿਹੜਾ ਲੈਡ ਨਾਈਟ੍ਰੇਟ ਨੂੰ ਗਰਮ ਕਰਨਾ ਤਾਂ ਲੈਡ ਨਾਈਟ੍ਰੇਟ ਜਿਹੜਾ ਸੋਲਿਡ ਸੀਗਾ ਹਨਾ ਇਹ ਫਾਰਮ ਦੇ ਵਿੱਚ ਇੱਥੇ ਲਿਖਿਆ ਸੋਲਿਡ ਜਿਹੜਾ ਆਪਾਂ ਲਿਆ ਸੀ ਇਹਨੂੰ ਤਾਂ ਜਦੋਂ ਜਦੋਂ ਹੀਟ ਅਪ ਕਰਾਂਗੇ ਇਹਦੇ ਚ ਪਾ ਕੇ ਇਦਾਂ ਇਹਦਾ ਕਲਰ ਕਿਸ ਕਲਰ ਦਾ ਹੋਏਗਾ ਵਾਈਟ ਕਲਰ ਦਾ ਹੋਏਗਾ ਤੇ ਇਹਦੇ ਵਿੱਚੋਂ ਜਦੋਂ ਨਿਕਲੇਗਾ ਤੁਹਾਡੇ ਕੋਲ ਨਿਕਲੇਗਾ ਉਹ ਪੂਰੇ ਰੰਗ ਦਾ ਧੂਆਂ ਧੂਆਂ ਮੈਨੂੰ ਯੈਲੂਇਸ਼ ਬ੍ਰਾਊਨ ਗਿਆ ਸੀਗਾ ਤਾਂ ਇਸ ਤਰੀਕੇ ਦਾ ਧੂਆਂ ਰੰਗ ਦਾ ਨਿਕਲਦਾ ਇਹ ਧੂਏ ਪੂਰੇ ਰੰਗ ਦਾ ਤੁਹਾਕੀ ਚੀਜ਼ ਹੈ ਨਾਈਟ੍ਰੋਜਨ ਆਕਸਾਈਡ ਹੈ ਨਾਈਟ੍ਰੋਜਨ ਡਾਈਆਕਸਾਈਡ ਹੈ ਠੀਕ ਹੈ NO2 ਵਾਪਰਦੀ ਕਿਰਿਆ ਕੀ ਹੈ ਲੈਡ ਨਾਈਟ੍ਰੇਟ ਨੂੰ ਜਦੋਂ ਗਰਮ ਕੀਤਾ ਜਾਂਦਾ ਹੈ ਤਾਂ ਲੈਡ ਆਕਸਾਈਡ ਪਲੱਸ ਨਾਈਟ੍ਰੋਜਨ ਆਕਸਾਈਡ ਪਲੱਸ ਆਕਸੀਜਨ ਇਹ ਗੈਸਾਂ ਅੰਦਰ ਕੋਲ ਬਾਹਰ ਜਾਣੀਆਂ ਨੇ ਇਹ ਆਕਸੀਜਨ ਕਿਸ ਤਰ੍ਹਾਂ ਕਿੱਦਾਂ ਪਤਾ ਲੱਗਦਾ ਹੈ ਇਹਦੇ ਵਿੱਚ ਫਿਰ ਤੁਸੀਂ ਵਿਦਾ ਕੀ ਕਰਦੇ ਹੋ ਪਰਖਣ ਵਾਲੀ ਦੇ ਵਿੱਚ ਉਹਨੂੰ ਥੋੜਾ ਜਿਹਾ ਲਾ ਕੇ ਜਦੋਂ ਇਹਦੇ ਵਿੱਚ ਪਾਣੇ ਹੋ ਤਾਂ ਵਿੱਚ ਪਾਵਾਂਗੇ ਹਣਾ ਉਹਦੇ ਉੱਤੇ ਕੀ ਹੋਊਗੀ ਹੋਰ ਜ਼ਿਆਦਾ ਬਲੇਗੀ ਕਿਉਂਕਿ ਜਦੋਂ ਆਕਸੀਜਨ ਦੀ ਗੈਸ ਦਾ ਸਾਨੂੰ ਕਿੱਦਾਂ ਪਤਾ ਲੱਗਦਾ ਹੈ ਜੇ ਜਲੀ ਹੋਈ ਚੀਜ਼ ਦੇ ਵਿੱਚ ਉਹ ਜਲਣ ਨੂੰ ਹੋਰ ਮਦਦ ਕਰ ਦਿੰਦਾ ਹੈ ਠੀਕ ਹੈ ਜੀ ਇੱਥੇ ਵੀ ਇਹ ਹੈ ਕੀ ਹੈ ਦੂਸਰਾ ਇਹ ਬੜੀ ਐਗਜ਼ਾਮਪਲ ਇੱਥੇ ਖਤਮ ਹੋ ਜਾਂਦੀ ਹੈ ਤਾਂ ਇਹ ਵੀ ਅਪਕਟਨ ਦੀ ਕਿਰਿਆ ਹੈ ਤਾਂ ਤੁਹਾਨੂੰ ਅਪਕਟਨ ਦੀ ਕਿਰਿਆ ਦੇ ਵਿੱਚ ਕਿਹੜੀ ਕਿਹੜੀ ਕਿਰਿਆ ਆ ਸਕਦੀ ਹੈ ਇੱਕ ਤਾਂ ਤੁਹਾਡੇ ਗੋਲੇ ਵਾਲੀ ਹੋਗੀ ਫੈਰਸ ਸਲਫੇਟ ਦੇ ਕ੍ਰਿਸਟਲ ਨੂੰ ਠੀਕ ਹੈ ਦੂਜੀ ਤੁਹਾਡੇ ਕੋਲ ਕਿਹੜੀ ਹੋਗੀ ਅ ਚੂਨੇ ਦਾ ਪੱਥਰ ਨੂੰ ਓਕੇ ਕੈਲਸ਼ੀਅਮ ਕਾਰਬੋਨੇਟ ਨੂੰ ਗਰਮ ਕਰਨ ਤੇ ਤੇ ਜੀ ਤੁਹਾਡੇ ਕੋਲ ਕੀ ਹੋਗੀ ਲੈਡ ਨਾਈਟ੍ਰੇ ਠੀਕ ਹੈ ਜੀ ਇਹ ਸਾਰੇ ਕੀ ਹੁੰਦੀਆਂ ਨੇ ਤਾਪ ਤਾਪਦੇ ਰਹੇ ਤਾਪਾਪਕਟਨ ਕਿਰਿਆ ਨੇ ਅਪਕਟਨ ਦੀ ਗ੍ਰੇ ਨੇ ਬਟ ਤਾਪਦੇ ਰਹੇ ਇਸ ਲਈ ਤਾਪਕ ਅਪਕਟਨ ਕਿਰਿਆਵਾਂ ਹੋ ਗਈਆਂ ਓਕੇ ਅਗਲੇ ਸਾਡੇ ਕੋਲ ਕੀ ਹੈ ਕਹਿੰਦਾ ਹੁਣ ਇੱਕ 1.7 ਤੇ 1.8 ਦੇ ਵਿੱਚ ਦਿੱਤੀਆਂ ਕੁਝ ਹੋਰ ਅਪਕਟਨ ਕਿਰਿਆਵਾਂ ਕਰੀਏ ਹੁਣ 1.7 ਵਿੱਚ ਦਿੱਤੀ ਹੈ ਤੇ 1.8 ਵਿੱਚ ਦਿੱਤੀ ਹੈ ਕਿ ਇਹਨਾਂ ਨੂੰ ਤਾਪ ਕਰਦੇ ਪਏ ਆ ਜਾਂ ਆਪਾਂ ਇਹਨਾਂ ਨੂੰ ਕੀ ਕਰਦੇ ਪਏ ਆ ਠੀਕ ਹੈ ਕਹਿੰਦਾ ਇੱਕ ਪਲਾਸਟਿਕ ਦਾ ਮੱਗ ਲਓ ਪਹਿਲਾਂ ਪੜ ਦੇਖੀਏ ਇਹਦੇ ਵਿੱਚ ਕੀ ਹੈ ਪਾਣੀ ਦਾ ਬਿਜਲੀ ਅਪਕਟਨ ਠੀਕ ਹੈ ਹੁਣ ਆਪਾਂ ਤਾਪ ਨਹੀਂ ਕਰਦੇ ਪਏ ਕਿਤੇ ਨਾ ਕਰਦੇ ਪਿਆ ਬਿਜਲੀ ਅਪਕਟਨ ਕਰਦੇ ਪਿਆ ਤਾਂ ਜੇ ਤੁਹਾਨੂੰ ਕੁਐਸਚਨ ਇਹ ਆ ਜਾਂਦਾ ਵੀ ਬਿਜਲੀ ਅਪਕਟਨ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹਦੇ ਤੁਸੀਂ ਦੱਸ ਸਕਦੇ ਹੋ ਉਸ ਤੋਂ ਬਾਅਦ ਕੀ ਹੈ ਸੂਰਜ ਦੇ ਪ੍ਰਕਾਸ਼ ਵਿੱਚ ਸਿਲਵਰ ਨਾਈਟ੍ਰੇਟ ਤਾਤ ਪੈਦਾ ਕਰਦੀ ਹੈ ਅਤੇ ਰੰਗ ਤੂਏ ਦਾ ਰੰਗਾ ਹੋ ਜਾਂਦਾ ਹੈ ਠੀਕ ਹੈ ਇਹ ਵੀ ਐਕਸਪੈਰੀਮੈਂਟ ਨੂੰ ਆਪਾਂ ਦੇਖਦੇ ਹਾਂ ਇਹਨੂੰ ਵੀ YouTube ਤੇ ਜਾ ਕੇ ਦੇਖੋ ਹਨਾ ਸਰਚ ਮਾਰੋ ਉਹਦੇ ਤੋਂ ਸਿੱਧਾ ਦੇਖਣਾ ਹੈ ਡੀਕੰਪੋਜੀਸ਼ਨ ਆਫ ਵਾਟਰ ਇਹਨੂੰ ਡੀਕੰਪੋਜੀਸ਼ਨ ਆਫ ਵਾਟਰ ਬੋਲਨੇ ਆ ਉਹਦੇ ਚ ਐਕਸਪੈਰੀਮੈਂਟ ਕਰਕੇ ਦਿਖਾਏ ਹੋਣਗੇ ਤੁਹਾਨੂੰ ਉਹਦੇ ਵਿੱਚ ਜਦੋਂ ਦੇਖੋ ਜਿਹੜੀ ਚੀਜ਼ ਜਿਹੜੀ ਅਸੀਂ ਚੀਜ਼ ਦੇਖ ਲੈਨੇ ਆ ਉਹ ਸਾਨੂੰ ਸਮਝ ਆ ਜਾਂਦੀ ਹੈ ਠੀਕ ਹੈ ਜਿਹੜੀ ਚੀਜ਼ ਅਸੀਂ ਦੇਖ ਲੈਨੇ ਆ ਉਹ ਸਾਨੂੰ ਸਮਝ ਆ ਜਾਂਦੀ ਹੈ ਮੀਨਸ ਉਹ ਸਾਨੂੰ ਕੀ ਜਾਂਦੀ ਹੈ ਯਾਦ ਰਹਿੰਦੀ ਹੈ ਪਰ ਜਿਹੜੀ ਅਸੀਂ ਹੱਥ ਨਾਲ ਕਰਕੇ ਦੇਖ ਲੈਨੇ ਆ ਉਹ ਪੱਕੀ ਯਾਦ ਹੋ ਜਾਂਦੀ ਹੈ ਸਾਨੂੰ ਕਲੀਅਰ ਜੀ ਇਸ ਇੱਕ ਪਲਾਸਟਿਕ ਦਾ ਮੱਗ ਲਓ ਇਸ ਦੇ ਥੱਲੇ ਵਿੱਚ ਦੋ ਛੇਕ ਕਰੋ ਅਤੇ ਇਹਨਾਂ ਨੂੰ ਦੋ ਰਬੜ ਡਾਟ ਲਗਾਓ ਠੀਕ ਹੈ ਤੇ ਦੋ ਛੇਕ ਕਰਕੇ ਦੋ ਰਬੜ ਡਾਟ ਲਗਾ ਲੇ ਇਹਨਾਂ ਰਬੜ ਦੇ ਡਾਟਾਂ ਵਿੱਚ ਕਾਰਬਨ ਗ੍ਰਾਫਾਈਟ ਦੇ ਇਲੈਕਟ੍ਰੋਡ ਫਿਟ ਕਰੋ ਕਿਹਦੇ ਫਿਟ ਕਰਦੇ ਸੀ ਆ ਕਾਰਬਨ ਤੇ ਗ੍ਰੇਫਾਈਟ ਲਗਾ ਦੇ ਠੀਕ ਹੈ ਜੀ ਇਹਨਾਂ ਇਲੈਕਟਰੋਡ ਨੂੰ 6 ਵੋਲਟ ਦੀ ਬੈਟਰੀ ਨਾਲ ਜੋੜੋ 6 ਵੋਲਟ ਦੀ ਕੀ ਕਰਦਾ ਬੈਟਰੀ ਨਾਲ ਜੋੜਦਾ ਠੀਕ ਹੈ ਜੀ ਇੱਕ ਪਾਸੇ ਪਲੱਸ ਹੈ ਇੱਕ ਪਾਸੇ ਮਾਈਨਸ ਹੈ ਮਾਗ ਵਿੱਚ ਪਾਣੀ ਪਾਓ ਤਾਂ ਜੋ ਇਲੈਕਟਰੋਡ ਪਾਣੀ ਵਿੱਚ ਡੁੱਬ ਜਾਣ ਠੀਕ ਹੈ ਇੰਨਾ ਪਾਣੀ ਪਾਤਾ ਤਾਂ ਕਿ ਉਹ ਵਿੱਚ ਡੁੱਬ ਜਾਣ ਪਾਣੀ ਵਿੱਚ ਕੁਝ ਥੁਪਕੇ ਸਲਫਿਊਰਿਕ ਐਸਿਡ ਪਾਓ ਠੀਕ ਹੈ ਜੀ H2SO4 ਨੂੰ ਕੀ ਕਰਨਾ ਇਹਦੇ ਵਿੱਚ ਕੁਝ ਥੁਪਕੇ ਪਾ ਲੈਣੇ ਆ ਪਾਣੀ ਦਾ ਭਰੀਆਂ ਦੋ ਪਰਖਣ ਵਾਲੀਆਂ ਲੋ ਇਹ ਵੀ ਕੀ ਨੇ ਪਰੀਆਂ ਭਰਨ ਲਈ ਲੋ ਅਤੇ ਉਹਨਾਂ ਨੂੰ ਦੋਵੇਂ ਕਾਰਬਨ ਗ੍ਰੇਫਾਈਟਾਂ ਇਲੈਕਟ੍ਰੋਡ ਤੇ ਉਲਟਾ ਖੜਾ ਕਰ ਦਿਓ ਇਹਦੇ ਉੱਤੇ ਪਾਏਗੇ ਇਹ ਪਾਣੀ ਦਾ ਭਰਿਆ ਹੋਣਗੇ ਜੇ ਖਾਲੀ ਪਾੜ ਦੀ ਕੋਸ਼ਿਸ਼ ਕਰਨਗੇ ਸੋਚ ਕੇ ਦੇਖੋ ਜੇ ਖਾਲੀ ਪਾੜ ਦੀ ਕੋਸ਼ਿਸ਼ ਕਰਨਗੇ ਉਹ ਹਵਾ ਜਿਹੜਾ ਉਹ ਆ ਬਾਇਓਨਸੀ ਫੋਰਸ ਵੀ ਹੈਗੀ ਅਤੇ ਵਿੱਚ ਵਿੱਚ ਹਵਾ ਵੀ ਟਰੈਪ ਹੋ ਜਾਏਗੀ ਬੰਦ ਹੋ ਜਾਏਗੀ ਤੇ ਪਾਈਪ ਥੱਲੇ ਨਹੀਂ ਜਾਣਗੇ ਇਸ ਕਰਕੇ ਪਾਣੀ ਦਾ ਭਰ ਕੇ ਪਈਆਂ ਨੇ ਓਕੇ ਬਿਜਲੀ ਦੇ ਤਾਰਾ ਚਲਾ ਦਿਓ ਉਹ ਦੇ ਉਪਕਰਣਾਂ ਨੂੰ ਬਿਨਾਂ ਛੇੜੇ ਕੁਝ ਸਮੇਂ ਲਈ ਪਿਆ ਰਹਿਣ ਦਿਓ ਠੀਕ ਹੈ ਜੀ ਤੁਸੀਂ ਦੇਖੋ ਇਲੈਕਟ੍ਰੋਡ ਉੱਤੇ ਬੁਲਬਲੇ ਬਣਦੇ ਦੇਖੋਗੇ ਇੱਥੇ ਦੋਨੋਂ ਇਹ ਬੋਲੇ ਬੋਲੇ ਪਰਖਣ ਵਾਲੀਆਂ ਵਿੱਚਲੇ ਪਾਣੀ ਨੂੰ ਵਿਸਥਾਪਿਤ ਕਰ ਦਿੰਦੇ ਨੇ ਹੁਣ ਕੀ ਕੀਤਾ ਵਾਟਰ ਨੂੰ ਤੋੜ ਦਿੱਤਾ ਗਿਆ ਹੈ ਹਾਈਡਰੋਜਨ H2O ਜਿਹੜਾ ਸੀ ਇਹਨੂੰ ਕਿਹਨਾਂ ਸੇਤਾ ਵਿਸਥਾਪਨ ਕਰਨਾ ਇਹਦਾ ਵੀ ਅਪਕਟਨ ਕਰ ਦਿੰਦਾ ਹੈ ਇਹਨੂੰ ਵੀ ਕੀ ਕੀਤਾ ਹੈ ਤੋੜਨਾ ਹੈ ਪਰ ਇਥੇ ਡੈਲਟਾ ਨਹੀਂ ਲੱਗਣਾ ਇਥੇ ਹੀਟ ਦੇ ਨਾਲ ਨਹੀਂ ਤੋੜਦੇ ਪਏ ਅਸੀਂ ਇਥੇ ਬਿਜਲੀ ਅਪਕਟਨ ਕਰਦੇ ਪਏ ਹਾਂ ਓਕੇ ਕਿ ਦੋਵਾਂ ਪਰਖਣ ਵਾਲੀਆਂ ਵਿੱਚ ਇਕੱਠੀ ਹੋਈ ਗੈਸ ਦੀ ਮਾਤਰਾ ਆਇਤਨ ਸਮਾਨ ਹੈ ਪਹਿਲਾਂ ਗੈਸ ਦੀ ਮਾਤਰਾ ਕੈਤਨ ਦੀ ਮਾਤਰਾ ਸੀ ਦੇਖਣੀ ਹੈ ਦੋਵੇਂ ਪਰਖਣ ਵਾਲੀ ਦੇ ਵਿੱਚ ਸਬੰਧਿਤ ਗੈਸ ਕਾਫੀ ਮਾਤਰਾ ਵਿੱਚ ਭਰ ਜਾਵੇ ਤਾਂ ਬਿਜਲੀ ਧਾਰਾ ਬੰਦ ਕਰਕੇ ਪਰਖਣ ਵਾਲੀ ਨੂੰ ਸਾਵਧਾਨੀ ਪੂਰਵਕ ਹਟਾ ਲਓ ਜਲਦੀ ਹੋਈ ਮੋਮਬਤੀ ਵਾਰੋ ਵਾਰੀ ਪਰਖਣ ਵਾਲੀ ਦੇ ਮੂੰਹ ਕੋਲ ਲੈ ਕੇ ਲੈ ਕੇ ਗੈਸਾਂ ਦੀ ਪਰਖ ਕਰੋ ਠੀਕ ਹੈ ਸਾਵਧਾਨੀ ਇਸ ਕਿਰਿਆ ਚ ਅਧਿਆਪਕ ਦੁਆਰਾ ਸਾਵਧਾਨੀ ਪੂਰਵਕ ਕੀਤਾ ਜਾਣਾ ਚਾਹੀਦਾ ਹੈ ਹਰ ਸਤ ਦੇ ਵਿੱਚ ਕੀ ਹੁੰਦਾ ਹੈ ਹਰ ਪਰਖਣ ਵਾਲੀ ਵਿੱਚ ਕਿਹੜੀ ਗੈਸ ਹੈ ਠੀਕ ਹੈ ਤਾਂ ਇਹਦੇ ਚੋ ਕੁਐਸਚਨ ਹੀ ਬਣਨੇ ਨੇ ਕਿ ਜਦੋਂ ਬਿਜਲੀ ਦਾ ਘਟਣਾ ਹੈ ਪਿਛਲੇ ਜਦੋਂ ਤੁਸੀਂ ਘਟਨ ਕਰਦੇ ਹੋ ਤਾਂ ਉਹਦੇ ਚ ਕਿਹੜੀ ਗੈਸ ਪੈਦਾ ਹੁੰਦੀ ਹੈ ਠੀ ਤਾਂ ਇਹਦੇ ਦੇਖੋ ਇੱਕ ਪਾਸੇ ਆਕਸੀਜਨ ਗੈਸ ਜਮ ਹੋ ਜਾਂਦੀ ਹੈ ਦੂਜੇ ਪਾਸੇ ਕਿਹੜੀ ਗੈਸ ਜਮ ਹੋ ਜਾਂਦੀ ਹੈ ਹਾਈਡਰੋਜਨ ਗੈਸ ਜਮ ਹੋ ਜਾਂਦੀ ਹੈ। ਕਲੀ ਇਹ ਚੀਜ਼ ਤਾਂ ਇਹ ਵਾਟਰ ਨੂੰ ਅਸੀਂ ਬ੍ਰੇਕ ਕਰਦੇ ਆ ਤਾਂ ਆਬੀਅਸ ਹੈ ਕਿ ਹਾਈਡਰੋਜਨ ਤੇ ਆਕਸੀਜਨ ਗੈਸ ਹੀ ਨਿਕਲਣੀ ਆ ਤੁਸੀਂ YouTube ਤੇ ਜਾ ਕੇ ਮੈਂ ਡਿਟੇਲ ਦੇ ਵਿੱਚ ਰੈਕਸ਼ਨ ਐਕਸਪੈਰੀਮੈਂਟ ਕਰਦੇ ਦੇਖੇਂਗੇ ਨਾ ਉਹ ਤੁਹਾਨੂੰ ਜ਼ਿਆਦਾ ਸਮਝ ਆ ਜਾਣਗੇ ਇਹਦਾ ਮੈਂ ਤੁਹਾਨੂੰ ਬੁੱਕ ਪੜਾ ਦਿੰਦਾ ਤਾਂ ਕਿ ਤੁਹਾਨੂੰ ਜਿਹੜੇ ਬੱਚੇ ਬੁੱਕ ਵੀ ਨਹੀਂ ਪੜ੍ਹਦੇ ਜਿਆ ਤੁਹਾਨੂੰ ਪਤਾ ਲੱਗਦਾ ਕੁਐਸਚਨ ਕਿੱਥੋਂ ਆਏ ਨੇ ਕੁਐਸਚਨ ਕਿੱਥੋਂ ਨਹੀਂ ਆਏ ਇਹ ਤੁਹਾਨੂੰ ਸਾਰੀ ਜਿੰਨਾ ਕੀ ਹੋਣੀ ਹੈ ਕਲੀਅਰ ਹੁੰਦੀ ਜਾਣਾ ਉਹ ਦੂਜੀਆਂ ਬੁੱਕਸ ਐਨ ਉਹ ਚ ਸਿਰਫ ਐਕਸਪੈਕਟਿਡ ਕੁਐਸਚਨ ਹੁੰਦੇ ਨੇ ਉਹਨਾਂ ਚ ਡਿਟੇਲ ਜੀ ਨਹੀਂ ਬੜਾਇਆ ਜਾਂਦਾ ਹਨਾ ਮੋٹے ਮੋٹے ਕੁਐਸਚਨ ਦੱਸ ਦਿੱਤੇ ਨੇ ਆ ਆ ਸਕਦਾ ਆ ਸਕਦਾ ਬੱਚੇ ਨੂੰ ਇਹ ਵੀ ਨਹੀਂ ਸਮਝ ਆਉਂਦਾ ਵੀ ਕਿਉਂ ਆ ਕਿਉਂ ਨਹੀਂ ਹੈਗਾ ਤਾਂ ਵੀਡੀਓ ਲੈਕਚਰ ਬਣਾਉਣ ਦਾ ਮੂਟੋ ਇਹੀ ਆ ਕਿ ਤੁਸੀਂ ਤੁਹਾਨੂੰ ਕਿਤਾਬ ਪੜ੍ਹੋਗੇ ਉਹ ਤਾਂ ਤੁਹਾਨੂੰ ਪਤਾ ਲੱਗੂਗਾ ਕਿਤਾਬ ਦੇ ਵਿੱਚ ਹੈ ਕੀ ਆ ਕਲੀਅਰ ਚੀਜ਼ ਤਾਂ ਮਤਲਬ ਜਦੋਂ ਬਿਜਲੀ ਦਾ ਪਾਣੀ ਵਕਟਨ ਕੀਤਾ ਜਾਣਾ ਹੈ ਤਾਂ ਤੁਹਾਡੇ ਕੋਲ ਕੀ ਚੀਜ਼ ਹੋਣੀ ਹੈ ਇੱਕ ਪਾਸੇ ਆਕਸੀਜਨ ਗੈਸ ਪੈਦਾ ਹੁੰਦੀ ਹੈ ਤੇ ਇੱਕ ਪਾਸੇ ਹਾਈਡਰੋਜਨ ਗੈਸ ਪੈਦਾ ਹੋ ਜਾਣੀ ਹੈ ਠੀਕ ਹੈ ਜੀ H2 ਨੂੰ ਬ੍ਰੇਕ ਕਰਾਂਗੇ H2 ਤੇ O2 ਕੀ ਨੇ ਗੈਸਾਂ ਮੇਰੇ ਕੋਲ ਬ੍ਰੇਕ ਹੋਣੀ ਨੇ ਇੱਥੇ ਹਾਈਡਰੋਜਨ ਦੋ ਨੇ ਇੱਥੇ ਆਕਸੀਜਨ ਦੋ ਨੇ ਕੀ ਇਹ ਬੈਲੈਂਸ ਹੈ ਜੇ ਮੈਨ ਬੈਲੈਂਸ ਨਹੀਂ ਹੈਗਾ ਕੀ ਕਰ ਸਕਦਾ ਜੇ ਮੈਂ 2 H2O ਕਰਦਾ ਤਾਂ ਇਹਦੇ ਹਾਈਡਰੋਜਨ ਕਿੰਨੇ ਹੋਗੇ 4 ਹੋ ਗਿਆ ਇਧਰ ਵੀ ਆਕਸੀਜਨ ਹਾਈਡਰੋਜਨ ਕਿੰਨੇ ਹੋਗੇ 4 ਹੋ ਗਿਆ ਇੱਥੇ ਆਕਸੀਜਨ ਕਿੰਨੇ ਦੋ ਰ ਇੱਥੇ ਆਕਸੀਜਨ ਕਿੰਨੇ ਆ ਬਿਲਕੁਲ ਦੋ ਹੈਗੇ ਤਾਂ ਮਤਲਬ 2 H2O ਨੂੰ ਜਦੋਂ ਬ੍ਰੇਕ ਕਰਾਂਗੇ ਤਾਂ 2 H2 ਗੈਸ ਤੇ O2 ਗੈਸ ਦਾ ਕਿਉ ਹੋ ਜਾਏਗਾ ਮੇਰੇ ਕੋਲ ਅਪਕਟਨ ਹੋ ਜਾਏਗਾ ਅਗਲੇ ਇੱਥੇ ਵੀ ਐਕਸਪੈਰੀਮੈਂਟ ਖਤ ਹੋ ਜਾਂਦਾ ਹੈ ਠੀਕ ਹੈ ਅਬ ਘਟਨ ਦੀ ਕਿਰਿਆ ਵੀ ਖਤਮ ਹੋ ਗਈ ਆ ਤਾਂ ਅਗਲੀ ਮੇਰੇ ਕੋਲ ਕੀ ਹੈ ਕਿਰਿਆ 1.8 ਕਹਿੰਦਾ ਇੱਕ ਚੀਨੀ ਦੀ ਪਿਆਲੀ ਵਿੱਚ ਲਗਭਗ 2 ਗ੍ਰਾਮ ਸਿਲਵਰ ਕੋਲੋਇਡ ਲੋ ਇਸ ਦਾ ਰੰਗ ਕੀ ਹੈ ਇਸ ਚੀਨੀ ਦੀ ਪਿਆਲੀ ਨੂੰ ਕੁਝ ਸਮੇਂ ਲਈ ਸੂਰਜੀ ਪ੍ਰਕਾਸ਼ ਵਿੱਚ ਰੱਖੋ ਅਜਿਹੇ ਬੱਚੇ ਨੂੰ ਨਹੀਂ ਉਹ ਜਿਹੜੇ ਬੱਚੇ ਨਹੀਂ ਇਹ ਨਹੀਂ ਕਰਦੇ ਹੈਗੇ ਇਦਾਂ ਵੀ ਵੀਡੀਓ ਲੈਕਚਰ ਨਹੀਂ ਦੇਖਣਾ ਆਏਗਾ ਜਾਂ ਕੁਝ ਨਹੀਂ ਦੇਖਣਾ ਤਾਂ ਐਟ ਲੀਸਟ ਨਾਲ ਦੇ ਨਾਲ ਗੂਗਲ ਤਾਂ ਆਪਣਾ ਚਲਾ ਕੇ ਰੱਖਿਆ ਕਰੋ ਗੂਗਲ ਨੂੰ ਦੇ ਵਿੱਚ ਜਿਹੜੀ ਤੁਹਾਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਨਾ ਜੇ ਕੋਈ ਪੜਾ ਰਿਹਾ ਤਾਂ ਸਭ ਤੋਂ ਵਧੀਆ ਤਰੀਕਾ ਇਹ ਹੈਗਾ ਜੇ ਜਿਹੜੀ ਤੁਹਾਨੂੰ ਕਿਸੇ ਚੀਜ਼ 'ਚ ਪੜਨ 'ਚ ਕੋਈ ਪ੍ਰੋਬਲਮ ਆ ਗਈ ਆ ਇੱਕ ਸੈਕਿੰਡ ਜੇ ਤੁਹਾਨੂੰ ਕੋਈ ਚੀਜ਼ 'ਚ ਪੜਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਤੁਹਾਨੂੰ ਕੀ ਤੁਹਾਨੂੰ ਨਾਲ ਮੈਂ ਵੀ ਦੱਸੀ ਜਨਾ ਮਾ ਤੁਹਾਨੂੰ ਕੋਈ ਚੀਜ਼ ਨੂੰ ਪੜਾਉਣ ਦੇ ਵਿੱਚ ਤੁਹਾਨੂੰ ਕੀ ਅੱਗੇ ਕੋਈ ਪ੍ਰੋਬਲਮ ਆ ਗਈ ਹੈ ਨਾ ਤਾਂ ਜਿਵੇਂ ਆਪਾਂ ਇਹਦੇ ਵਿੱਚ ਦੇਖੋ ਤੁਸੀਂ ਖੁਦ ਬੁੱਕ ਵੀ ਪੜ੍ਹਦੇ ਪਏ ਹੋ ਕੋਈ ਬੁੱਕ ਵੀ ਪੜ੍ਹਦੇ ਪਏ ਹੋ ਉੰਤੋਂ ਕੁਐਸਚਨ ਨਹੀਂ ਪੁੱਛ ਲਿਆ ਜਿਵੇਂ ਚ ਕੁਐਸਚਨ ਹੈਲਪਿੰਗ ਬੁੱਕ ਤੁਸੀਂ ਕੋਈ ਨਹੀਂ ਰੱਖੀ ਤਾਂ ਐਨਸੀਆਰਟੀ ਪੜ੍ਹਦੇ ਵੇਲੇ ਤੁਹਾਨੂੰ ਕੁਝ ਨਹੀਂ ਲਿਖਤਾ ਚ ਇਦਾਂ ਲਿਖਤਾ ਵੀ ਸਿਲਵਰ ਕਲੋਰਾਇਡ ਦਾ ਰੰਗ ਦੱਸੋ ਕੀ ਹੈ ਤੁਸੀਂ ਕੀ ਕਰਨਾ ਕੁਝ ਨਹੀਂ ਕਰਨਾ ਆਪਣਾ ਜਾਓ ਇਹਦੇ ਵਿੱਚ ਹੈ ਨਾ ਇੱਥੇ ਲਿਖੋ ਸਿਲਵਰ ਕਲੋਰਾਇਡ ਦਾ ਕਲਰ ਤਾਂ ਇਹ Google ਗੁਰੂ ਗੂਗਲ ਬਾਬਾ ਇਹ ਤੋਂ ਉੱਤੇ ਕੋਈ ਆ ਹੀ ਨਹੀਂ ਸਕਦਾ Google ਬਾਬਾ ਤੋਂ ਉੱਤੇ ਠੀਕ ਹੈ ਜੀ ਇਹਨੂੰ ਸਭ ਕੁਝ ਪਤਾ ਹੈ ਮਤਲਬ ਮੈਟੀਰੀਅਲਿਸਟਿਕਲੀ ਜਬਰੇ ਸਭ ਕੁਝ ਪਤਾ ਆਤਮਾ ਦਾ ਗਿਆਨ ਵਾਲੇ ਜਾਂ ਦੂਜੀ ਚੀਜ਼ ਦੇ ਬਾਰੇ ਨਹੀਂ ਪਤਾ ਤਾਂ Google ਬਾਬਾ ਬਹੁਤ ਕਾਮ ਦੀ ਚੀਜ਼ ਹੈ ਤਾਂ ਇਹਨੇ ਕੀ ਦੱਸਿਆ ਕੱਲ ਸਾਨੂੰ ECG ਕੀ ਆ ਵਾਈਟ ਠੀਕ ਹੈ ਜੀ ਤਾਂ ਤੁਸੀਂ ਮਤਲਬ ਜਿਹੜਾ ਵੀ ਕੋਈ ਕਿਤੇ ਵੀ ਕੁਐਸਚਨ ਅਟਦੇ ਹੋ ਤਾਂ ਦੁਨੀਆ ਦੇ ਵਿੱਚ ਅੱਜ ਦਾ ਜਿਹੜਾ ਟਾਈਮ ਹੈ ਨਾ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਤੁਸੀਂ ਕਿਤੇ ਫਸੇ ਨਹੀਂ ਸਕਦੇ ਹੈਗੇ ਤੁਸੀਂ ਕਹਿ ਨਹੀਂ ਸਕਦੇ ਜੀ ਮੈਂ ਇਹ ਨਹੀਂ ਪੜਿਆ ਮੈਨੂੰ ਇਹ ਨਹੀਂ ਪਤਾ ਉਹ ਨਹੀਂ ਪਤਾ ਕਿਉਂਕਿ ਤੁਹਾਡੇ ਕੋਲ ਗੂਗਲ ਬਾਬਾ ਬੈਠਾ ਹੈ ਗੂਗਲ ਗੁਰੂ ਤੋਂ ਉੱਤੇ ਕੋਈ ਗੁਰੂ ਨਹੀਂ ਹੈਗਾ ਜੀ ਠੀਕ ਹੈ ਤਾਂ ਇਸ ਕਰਕੇ ਉਹਨੂੰ ਜਰੂਰ ਉਹਦੀ ਜਰੂਰ ਹੈਲਪ ਲੋ ਹੁਣ ਕਹਿੰਦਾ ਵੀ ਕਹਿੰਦੇ ਤੁਸੀਂ ਵੇਖੋਗੇ ਸੂਰਜ ਦੇ ਵਿੱਚ ਚਿੱਟਾ ਕਲਰ ਚਿੱਟਾ ਆ ਗਿਆ ਆਪਾਂ ਸਰਚ ਮਾਰ ਕੇ ਵੀ ਦੇਖ ਲਿਆ ਵੀ ਸਹੀ ਲਿਖਿਆ ਠੀਕ ਹੈ ਸਿਲਵਰ ਕਲਰਾਇਡ ਰੰਗ ਸਲੇਟੀ ਰੰਗਾ ਗ੍ਰੇ ਹੋ ਜਾਂ ਗਿਆ ਅਜਿਹੇ ਸਿਲਵਰ ਕਲਰਾਇਡ ਦੇ ਸੂਰਜੀ ਪ੍ਰਕਾਸ਼ ਵਿੱਚ ਸਿਲਵਰ ਚਾਂਦੀ ਅਤੇ ਕਲੋਰੀਨ ਤਾਂ ਸਿੰਪਲ ਤਾਂ AgCl ਸੀਗਾ ਇਹ ਸੂਰੀ ਦਾ ਪ੍ਰਕਾਸ਼ ਪਿਆ ਤਾਂ ਸਿਲਵਰ ਤੇ ਕਲੋਰਾਇਡਸ ਕਨਵਰਟ ਹੋ ਗਿਆ ਤਾਂ ਬੈਲੈਂਸ ਕਰ ਲਈਏ 2 ਕਰਨਾ ਪਿਆ ਇਹਦੇ ਸਿਲਵਰ ਬਰੋਮਾਈਡ ਦਾ ਇੱਕ ਅੱਛਾ ਇੱਥੇ ਰਿਐਕਸ਼ਨ ਖਤਮ ਹੋ ਗਈ ਇਹ ਇਹ ਵਾਲੀ ਰਿਐਕਸ਼ਨ ਤੇ ਖਤਮ ਹੋ ਗਈ ਹੈ ਤਾਂ ਤੁਹਾਨੂੰ ਕੋਈ ਦੂਜੀ ਪੁੱਛੀ ਵੀ ਜਾ ਸਕਦੀ ਹੈ ਵੀ ਸਿਲਵਰ ਬਰੋਮਾਈਡ ਵੀ ਇਸੇ ਤਰੀਕੇ ਕਰਦਾ ਹੈ ਠੀਕ ਹੈ ਜੀ ਤਾਂ ਜੇ ਸਿਲਵਰ ਬਰੋਮਾਈਡ ਦੇਖਣਾ ਜਾ ਕੇ ਤੁਸੀਂ ਓਬਵੀਅਸਲੀ ਇੱਥੇ ਪਹਿਲਾਂ ਕਲੋਰਾਇਡ ਸੀਗਾ ਤਾਂ ਇੱਥੇ ਕੀ ਕਰ ਦੋ ਸਿਲਵਰ ਬਰੋਮਾਈਡ ਹੈ ਨਾ ਇੱਕ ਇਸ 컬러 ਦਾ ਹੈ yellow 컬러 ਦਾ ਹੈ ਠੀਕ ਹੈ ਮੈਂ ਤੁਹਾਨੂੰ ਕਿਤੇ ਵੀ ਕੋਈ ਕਿਤੇ ਪ੍ਰੋਬਲਮ ਆਣਦੀ ਤਾਂ ਜ਼ਰੂਰਤ ਹੀ ਨਹੀਂ ਹੈਗੀ ਤੁਸੀ ਇਹ ਨਹੀਂ ਕਹਿ ਸਕਦੇ ਤੁਹਾਨੂੰ ਦੇਖੋ ਪਹਿਲੀ ਗੱਲ ਤਾਂ ਬੱਚੋ ਇਹ ਸਮਝਣ ਦੀ ਲੋੜ ਹੈ ਤੁਹਾਨੂੰ ਵੀ ਇੱਕੋ ਹੀ ਚੀਜ਼ ਇੱਕੋ ਹੀ ਵੀਡੀਓ ਲੈਕਚਰ ਚ ਤੁਹਾਨੂੰ ਸਭ ਕੁਝ ਮਿਲ ਜੂਗਾ ਨਹੀਂ ਇੱਕੋ ਹੀ ਦੁਕਾਨ ਤੋਂ ਸਭ ਕੁਝ ਮਿਲ ਜੂਗਾ ਰਾਸ਼ਨ ਦੀ ਦੁਕਾਨ ਨਾ ਲੱਗਾ ਕੱਪੜੇ ਦੀ ਦੁਕਾਨ ਨਾ ਲੱਗਾ ਨਾ ਕੋਸਮੈਟਿਕਸ ਦੀ ਦੁਕਾਨ ਨਾ ਲੱਗਾ ਕਈ ਵਾਰੀ ਇੱਕ ਕਿਰੀਆਨਾ ਸਟੋਰ ਹੁੰਦਾ ਕਿਰੀਆਨਾ ਤੇ ਤੁਹਾਨੂੰ ਕੁਝ ਚੀਜ਼ਾਂ ਮਿਲ ਜਾਂਦੀਆਂ ਨੇ ਪਰ ਜਿਸ ਨੂੰ ਪਾਰਟਿਕੂਲਰ ਚੀਜ਼ ਦਾ ਪਤਾ ਕਰਨਾ ਜਿਸਨੂੰ ਕੋਈ ਕੋਈ ਪਾਰਟਿਕੂਲਰ ਦਵਾਈ ਲੈਣੀ ਹੈ ਉਹ ਕਿਰੀਆਨੇ ਤੋਂ ਨਹੀਂ ਨ ਉਨੇ ਕੋਈ ਡਿਸਪਰਿੰਗ ਰੱਖ ਲਈ ਕੋਈ ਕੰਪੀ ਫਲੇਮ ਰੱਖ ਲਈ ਪਰ ਇਹਦਾ ਮਤਲਬ ਇਹ ਨਹੀਂ ਸਰਿਆ ਰੱਖੂਗਾ ਹੈ ਨਾ ਇਹਦੀ ਪਾਰਟੀਕੂਲਰ ਜਿਹੜਾ ਆਨਸਰ ਸਾਨੂੰ ਚਾਹੀਦਾ ਤੁਹਾਨੂੰ ਪ੍ਰੋਪਰ ਖੁਦ ਸਰਚ ਮਾਰ ਕੇ ਲੱਭਣਾ ਪੈਣਾ ਹੈ ਜੇ ਤੁਸੀਂ ਲੱਭਾਂਗੇ ਤਾਂ ਸਾਡਾ ਆਨਸਰ ਸਾਨੂੰ ਖੁਦ ਮਿਲ ਜੇਗਾ ਓਕੇ ਹੁਣ ਕਹਿੰਦਾ ਕੀ ਕਰਿਆ ਇਹ ਸਿਲਵਰ ਬਰੋਮਾਈਡ ਦੇ ਤੀਜੇ ਤੋਂ ਪ੍ਰਕਾਸ਼ ਪੰਦਾ ਹੈ ਤਾਂ 2EG B2R ਉਪਰੋਕਤ ਕਿਰਿਆਵਾਂ ਦੀ ਵਰਤੋਂ ਕਾਲੀ ਚਿੱਟੀ ਫੋਟੋਗ੍ਰਾਫੀ ਵਿੱਚ ਕੀਤੀ ਜਾਂਦੀ ਹੈ ਤੁਹਾਨੂੰ ਕੁਐਸਚਨ ਆ ਜਾਏਗਾ ਇਹਦੀ ਕਿੱਥੇ ਵਰਤੋਂ ਕੀਤੀ ਜਾਂਦੀ ਹੈ ਇਹ ਆਪ ਘਟਨ ਕਿਰਿਆਵਾਂ ਕਿਸ ਤਰ੍ਹਾਂ ਊਰਜਾ ਕਰਨ ਹੋਈਆਂ ਹਨ ਠੀਕ ਹੈ ਜੀ ਇਹ ਕਿਸ ਊ ओके ਕੰਨ ਅਸੀਂ ਵੇਖਿਆ ਕਿ ਅਪਕਟਨ ਕਿਰਿਆਵਾਂ ਵਿੱਚ ਅਭਿਕਾਰਕਾਂ ਨੂੰ ਤੋੜਨ ਲਈ ਤਾਪ ਪ੍ਰਕਾਸ਼ ਜਾਂ ਬਿਜਲੀ ਊਰਜਾ ਦੀ ਜ਼ਰੂਰਤ ਪੈਂਦੀ ਹੈ ਤੇ ਪ੍ਰਸ਼ਨ ਆ ਸਕਦਾ ਹੈ ਅਭਿਕਾਰਕਾਂ ਨੂੰ ਤੋੜਨ ਲਈ ਕਿਸ ਚੀਜ਼ ਦੀ ਕਿਸ ਕਿਸ ਚੀਜ਼ ਦੀ ਊਰਜਾ ਦੀ ਜ਼ਰੂਰਤ ਪੈਂਦੀ ਹੈ ਉਹ ਰਸਾਇਣਕ ਕਿਰਿਆਵਾਂ ਜਿਨ੍ਹਾਂ ਵਿੱਚ ਤਾਪ ਊਰਜਾ ਸੋਖਿਤ ਹੁੰਦੀ ਹੈ ਸੋਖ ਲਈ ਜਾਂਦੀ ਹੈ ਉਹਨਾਂ ਨੂੰ ਤਾਪ ਸੋਖੀ ਐਂਡੋਥਰਮਿਕ ਰਿਐਕਸ਼ਨ ਕਹਿੰਦੇ ਨੇ ਇਹਦੇ ਵਿੱਚ ਕੀ ਹੋ ਗਿਆ ਸੀਗਾ ਤਾਪ ਨੂੰ ਸੋਖ ਲਿਆ ਗਿਆ ਸੀਗਾ ਸੰਦੀ ਲਾਈਟ ਆ ਰਹੀ ਸੀ ਨਾ ਤਾਂ ਤਾਪ ਨੂੰ ਸੋਖ ਲਿਆ ਗਿਆ ਹੈ ਤਾਂ ਡੈਲਟਾ ਹੀਟ ਦਿੱਤੀ ਗਈ ਸੀਗੀ ਤਾਂ ਤਾਪ ਨੂੰ ਸੋਖ ਲਿਆ ਗਿਆ ਸੀਗਾ ਉਹ ਸਾਡੇ ਕੋਲ ਕਿਹੜੀ ਹੁੰਦੀ ਨੇ ਐ ਥਰਮਿਕ ਰਿਐਕਸ਼ਨ ਕਹਾਂਦੇ ਹਨ ਠੀਕ ਹੈ ਜੀ ਹੀਟ ਲਿਖੀ ਕਿਰਿਆ ਕਰੋ ਇਹਨੂੰ ਪੜ ਕੇ ਦੇਖੋ ਕਲਾਸ ਦੇ ਵਿੱਚ ਜਿਵੇਂ ਕਰਾਈ ਗਈ ਹੈ ਤਾਂ ਉਹ ਉਹਨੂੰ ਦੇਖ ਲਓ ਨਹੀਂ ਤਾਂ ਆਪਾਂ ਨੈਕਸਟ ਵੀਡੀਓ ਲੈਕਚਰ ਜਦੋਂ ਆਪਾਂ ਪ੍ਰੈਕਟਿਸ ਕਰਾਂਗੇ ਉਹਦੇ ਵਿੱਚ ਇਹਨੂੰ ਦੇਖ ਲਾਂਗੇ ਇਹ ਵੀਡੀਓ ਲੈਕਚਰ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ so much